ਬ੍ਰਿਟਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਇਸ ਸਾਲ ਫਿਰ ਤੋਂ ਪਿਤਾ ਬਨੰਦੀ ਆਸ ਵਿੱਚ ਹਨ ਉਹਨਾਂ ਦੀ ਪਤਨੀ ਕੈਰੀ ਗਰਭवती ਹੈ ਅਤੀ ਦਸੰਬਰ ਵਿੱਚ ਉਹਨਾਂ ਦੇ ਦੂਜੇ ਬੱਚੇ ਦਾ ਜਨਮ ਹੋ ਸਕਦਾ ਹੈ ਕੈਰੀ ਨੇ ਇੰਸਟਾਗ੍ਰਾਮ ਤੇ ਗਰਭਤੀ ਹੋਣ ਬਾਰੇ ਐਲਾਨ ਕੀਤਾ ਅਤੇ ਦੱਸਿਆ ਕਿ ਇਸ ਸਾਲ ਉਹਨਾਂ ਦਾ ਮਿਸਕਾਰਜ ਵੀ ਹੋਇਆ ਸੀ ਇਸ ਲਈ ਉਹਨਾਂ ਨੇ ਆਪਣੇ ਹੋਣ ਵਾਲੇ ਬੱਚੇ ਨੂੰ ਰੇਨਬੋ ਬੇਬੀ ਨਾਮ ਦਿੱਤਾ ਹੈ ਪਿਛਲੇ ਸਾਲ ਅਪ੍ਰੈਲ ਵਿੱਚ ਜੋੜੇ ਦਾ ਪਹਿਲਾ ਬੱਚਾ ਹੋਇਆ ਸੀ ਜੌਨਸਨ ਅਤੇ ਉਸ ਦੀ ਪਤਨੀ ਨੇ ਇਸ ਸਾਲ ਮਈ ਵਿੱਚ ਲੰਡਨ ਸਥਿਤ ਵੈਸਟਮਿੰਸਟਰ कैथेड्रल ਵਿੱਚ আয়োজিত ਇੱਕ ਛੋਟੇ ਸਮਾਰੋਹ ਵਿੱਚ ਵਿਆਹ ਕੀਤਾ ਸੀ ਗਰਭਵਤੀ ਹੋਣ ਦੀ ਜਾਣਕਾਰੀ ਦਿੰਦੇ ਹੋਏ ਕੈਰੀ ਨੇ ਪੋਸਟ ਵਿੱਚ ਲਿਖਿਆ ਆਸ ਕਰ ਰਹੇ ਹਾਂ ਕਿ ਇਸ 크리스마ਸ ਤੇ ਸਾਡਾ ਰੇਨਬੋ ਬੇਬੀ ਆਵੇਗਾ